ਬਾਜੀ ਵਾ ਚਸਕੇ ਆਣ ਵਾਲੇ ਨੇ ਅੱਜ YouTube ਖੰਗਾਲ ਕੇ ਵੇਖ ਲਓ ਲੱਭ ਗਈ ਤੇ 5 ਲੱਖ ਰੁਪਿਆ ਨਾਮ ਬਾਜੀ ਵਾ ਖੋਏ ਵਾਲੀ ਮਸ਼ਹੂਰ ਟਿੱਕੀ ਜੇ 200 ਸਾਲ ਪੁਰਾਣੀ ਸਕਾਫਤ ਚੱਲਦੀ ਆ ਰਹੀ ਪੰਜਾਬੀ ਕਿਉਂ ਭਈ ਵੀਰੇ ਜੀ ਆਇਆ ਨੋ रब्बा मेरे हाल दा महरम तू अंदर तू है बाहर तू है रू रू विच तू तू है ताना तू है बाना सब कुछ मेरा तू कहे हुसैन फकीर न माना मैं ना ही सब तू मच्छी वांगो मैं पई तरफा रांझन दे हाथ डोर नदियों पार रांझन दा ताना किता कोल जरूरी जाना अस्सलाम वालेकुम जी सजनों ते बेलियो मित्रों ते सहेलियो ताडा होस्ट फूडी बलाल पंजाबी फूड्स पंजाबी स्टाइल पार्ट 9 विच हाजर है इस टाइम ਜਿਵੇਂ ਕਿ ਤੁਹਾਨੂੰ ਮੈਂ ਪੰਜਾਬ ਦੇ ਅਨਮੋਲ ਖਾਣੇ ਦਿਖਾਉਂਦਾ ਆ ਰਿਹਾ ਅਤੇ ਕਲਚਰ ਦਿਖਾਉਂਦਾ ਆ ਰਿਹਾ ਵਾਂ ਠੀਕ ਹੈ ਅੱਜ ਵੀ ਇਹੀ ਮਿਸ਼ਨ ਨੂੰ ਕੰਟੀਨਿਊ ਕਰਦੇ ਹੋਏ ਤੁਹਾਡਾ ਵੀਰ ਆ ਪਹੁੰਚਿਆ ਅਜ਼ੀਜ਼ ਹਲਵਾਈ ਫਲੂਦਾ ਉਸ ਤੇ ਮੌਜੂਦ ਹੈ ਇਸ ਟਾਈਮ ਤੁਹਾਡਾ ਵੀਰ ਸੈਟਅਪ ਮਾਸ਼ਾਅੱਲਾ ਇਹਨਾਂ ਦਾ ਲੱਗ ਚੁੱਕਿਆ ਮਾਧੂ ਲਾਲ ਹੁਸੈਨ ਸਰਕਾਰ ਦੇ ਉਸ ਤੇ ਹਰ ਸਾਲ ਲਾਉਂਦੇ ਨੇ ਟਿੱਕੀਆਂ ਖੋਏ ਵਾਲੀ ਟਿੱਕੀਆਂ ਜਿਹੜੀ ਇਹਨਾਂ ਦੀ ਸਪੈਸ਼ਲ ਚੀਜ਼ ਇਹਨਾਂ ਦੀ ਇੱਥੇ ਹੈਗੀ ਹੈ ਖੋਏ ਵਾਲੀ ਟਿੱਕੀਆਂ ਚਿਕਨ ਟਿੱਕੀਆਂ ਬੀਫ ਟਿੱਕੀਆਂ ਅਤੇ ਉਹਨੂੰ ਚੱਲ ਕੇ ਐਕਸਪਲੋਰ ਕਰਨੇ ਆ ਤੁਹਾਡਾ ਜਿਹੜਾ ਵੀਰ ਹੋਏਗਾ ਪਹਿਲੀ ਵਾਰੀ ਐਕਸਪਲੋਰ ਕਰਨ ਲੱਗਾ ਹੋਰ ਕੋਈ ਯੂਟਿਊਬ ਖੰਗਾਲ ਲਓ ਕੋਈ ਬੰਦਾ ਤੁਹਾਨੂੰ ਨਜ਼ਰ ਨਹੀਂ ਆਏਗਾ ਫੂਡ ਵਲੌਗਰ ਅਤੇ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਆਪਣੇ ਵੀਰ ਨੂੰ ਠੀਕ ਹੈ ਅਤੇ ਵੀਰੋ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਕਲਚਰ ਦਿਖਾਵਾਂਗੇ ਖਾਣੇ ਦਿਖਾਵਾਂਗੇ ਠੀਕ ਹੈ ਕਿੱਦਾਂ ਫਿਰ ਚੰਗਾ ਕਰੀ ਅੱਜ ਦੀ ਵੀਡੀਓ ਸਟਾਰਟ ਚਲੋ ਫਿਰ ਜਿਹੜਾ ਸਟਾਈਲ ਹੈਗਾ ਸਟਾਈਲ ਹੋਏ ਤਾਂ ਚਿਕਨ ਵਾਲੀ ਟਿੱਕੀ ਦੀ ਤਿਆਰੀ ਤੁਹਾਨੂੰ ਅੱਜ ਤੁਹਾਡਾ ਵੀਰ ਦਿਖਾਏਗਾ ਯੂਟਿਊਬ 'ਤੇ ਇਹਦੀ ਪਹਿਲੇ ਕੋਈ ਵੀਡੀਓ ਮੌਜੂਦ ਨਹੀਂ ਹੈ ਯੂਟਿਊਬ ਖੰਗਾਲ ਕੇ ਵੇਖ ਲਓ ਲੱਭ ਗਈ ਤਾਂ 5 ਲੱਖ ਰੁਪਿਆ ਨਾਮ ਖੋਏ ਵਾਲੀ ਟਿੱਕੀ ਵਿੱਚ ਹੈ ਮੁਰੱਬਾ ਜਾਤ ਪਾਉਂਦੇ ਨੇ ਨਾਲ ਹੈ ਦੇ ਦਿਓ ਚਾਰਾ ਮੁਗਜ਼ ਦੇ ਨਾਲ ਹੈਗੇ ਖੋਪੜੇ ਦਾ ਤੁਸੀਂ ਦੇ ਦਿਓ ਮੇਵੇ ਨੇ ਇਹ ਤੁਸੀਂ ਸੀਨ ਚੈੱਕ ਕਰੋ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਟਿੱਕੀਆਂ ਵਿੱਚ ਪਏ ਗਏ ਜੇ ਮੁਰੱਬੇ ਨਾਲ ਕਾਜੂ ਬਦਾਮ ਪਿਸਤਾ ਅਖਰੋਟ ਫੁੱਲ ਸੀਨ ਆਉਣ ਲਓ ਜੀ ਵੀਰੋ ਇਸ ਟਾਈਮ ਤਿਆਰੀ ਹੋ ਰਹੀ ਜੇ ਖੋਏ ਵਾਲੀ ਟਿੱਕੀ ਦੀ ਠੀਕ ਹੈ ਇਹ ਵੀਰੋ ਸਭ ਤੋਂ ਪਹਿਲੇ ਪਾਪੜੀ ਲੈਂਦੇ ਜੇ ਪਾਪੜੀ ਲੈ ਕੇ ਉਹ ਉੱਤੇ ਰੱਖਦੇ ਨੇ ਖੋਇਆ ਪਹਿਲੇ ਇਹਨੂੰ ਦੇਖੋ ਜਿਹੜੀ ਸ਼ੇਪ ਬਣਾਉਣਗੇ ਖੋਏ ਦੀ ਠੀਕ ਹੈ ਵੀਰੋ ਇਹ ਉਸ ਤੋਂ ਬਾਅਦ ਇਹਦੇ ਉੱਤੇ ਪਾਉਣਗੇ ਜੇ ਮੁਰੱਬੇ ਅਤੇ ਗਿੜੀਆਂ ਦਾ ਦੇਖ ਸਕਦੇ ਹੋ ਠੀਕ ਹੈ ਮੁਰੱਬੇ ਗਿੜੀਆਂ ਚਾਰੋ ਮਗਜ਼ ਠੀਕ ਹੈ ਉਹ ਪਾਉਂਦੇ ਨੇ ਦੇਖਦੇ ਹੋ ਤਿਆਰੀ ਕਰਦੇ ਪਏ ਨੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਪਾ ਰਹੇ ਨੇ ਇਸ ਟਾਈਮ ਕਾਜੂ ਬਦਾਮ ਅਖਰੋਟ ਉਹਨਾਂ ਉੱਤੇ ਪਾਉਣਗੇ ਇਹ ਟਿੱਕੀ ਹੈਗੀ ਮੇਰੇ ਤੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਪੇੜਾ ਇਹਦਾ ਪੇੜਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਇਹ ਉੱਤੇ ਗਈ ਖੋਏ ਦੀ ਟਿੱਕੀ ਮੇਦੇ ਦੀ ਠੀਕ ਹੈ ਮੇਦੇ ਦੀ ਰੋਟ ਬ੍ਰੈਡ ਉੱਤੇ ਇਹ ਉੱਤੇ ਗਿਆ ਅੰਡਾ ਵਾਹ ਜੀ ਵਾਹ ਇਹ ਉੱਤੇ ਆ ਗਏ ਕਾਜੂ ਬਦਾਮ ਪਿਸਤਾ ਅਤੇ ਇਹਨੂੰ ਕਵਰ ਕਰਕੇ ਰੈਪ ਕਰਕੇ ਘੀ ਵੀ ਸੁੱਟ ਦੇਣਗੇ ਅਤੇ ਸਾਡੀ ਖੋਏ ਵਾਲੀ ਟਿੱਕੀ ਤਿਆਰ ਹੋ ਗਈ ਖੋਏ ਵਾਲੀ ਟਿੱਕੀ ਇਹ ਹੁਣ ਗਈ ਜੀ ਓਇਲ 'ਚ ਗਰਮਾ ਗਰਮ ਓਇਲ 'ਚ ਪਹਿਲੇ ਉੱਤੇ ਲਾਉਣਗੇ ਨਿਸ਼ਾਨ ਨਿਸ਼ਾਨ ਦੀ ਇਹ ਹੈਗਾ ਜੀ ਕਹਿ ਲਓ ਕਿ ਨਿਸ਼ਾਨ ਇਸ ਵਾਸਤੇ ਲਾ ਰਹੇ ਨੇ ਵੀ ਚਿਕਨ ਟਿੱਕੀਆਂ ਵੀ ਹੈ ਠੀਕ ਹੈ ਬੀਫ ਟਿੱਕੀਆਂ ਵੀ ਤਿਆਰ ਹੋ ਰਹੀਆਂ ਨੇ ਕਾਂਟਾ ਲਾਈਦਾ ਠੀਕ ਹੈ ਗਰਮਾ ਗਰਮ ਘੀ ਵਿੱਚ ਤਿਆਰ ਕਰਦੇ ਤੇਲ ਦਾ ਕੋਈ ਕੰਮ ਨਹੀਂ ਇੱਥੇ ਟਿੱਕੀਆਂ ਦੀ ਤਿਆਰੀਆਂ ਮਾਸ਼ਾਅੱਲਾ ਖੋਏ ਵਾਲੀ ਟਿੱਕੀ ਤਿਆਰ ਜੇ ਆ ਦੇਖੋ ਤੇਲ ਤੋਂ ਬਾਹਰ ਆ ਗਏ ਗਰਮਾ ਗਰਮ ਖੋਏ ਵਾਲੀ ਟਿੱਕੀ 700 ਰੁਪਏ ਦਾ ਕਿਲੋ ਵੀਰੋ ਦਿੰਦੇ ਜੇ ਤੁਸੀਂ ਦੇਖ ਸਕਦੇ ਹੋ ਤੋਲ ਕੇ ਦਿੰਦੇ ਨੇ ਵੇਟ ਦੇ ਹਿਸਾਬ ਤੁਹਾਡਾ ਵੀਰ ਇੱਕ ਟਿੱਕੀ ਦਾ ਰਿਵਿਊ ਲੈਣ ਲੱਗਾ ਖੋਏ ਵਾਲੀ ਟਿੱਕੀ ਅਤੇ ਅੰਦਰੋਂ ਦਿਖਾਉਂਦੇ ਕੀ ਚੀਜ਼ ਹੈਗੀ ਹੈ ਖੋਏ ਵਾਲੀ ਟਿੱਕੀ ਦਾ ਰਿਵਿਊ ਲਵੇਗਾ ਤੁਹਾਡਾ ਵੀਰ ਅੰਦਰੋਂ ਐਂ ਸੀਨ ਹੈਗੇ ਜੇ ਬਾਜੀ ਵਾਹ ਚਸਕੇ ਆਉਣ ਵਾਲੇ ਨੇ ਅੱਜ ਚਿਕਨ ਟਿੱਕੀ ਵੀ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਠੀਕ ਹੈ ਇਹ ਮੁਰੱਬੇ ਇਹ ਉੱਤੇ ਆ ਗਏ ਜੇ ਕਿਸ਼ਮਿਸ਼ ਆ ਗਈ ਉੱਤੇ ਇਹ ਚਾਰੋਂ ਮਗਜ਼ ਵਾਹ ਜੀ ਵਾਹ ਫੁੱਲ ਸੀਨ ਆਉਣ ਹੋ ਗਿਆ ਇਹ ਪਿਸਤੇ ਆ ਗਏ ਜੇ ਵਾਹ ਜੀ ਵਾਹ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਹੁਣ ਉੱਤੇ ਆ ਰਹੇ ਜੇ ਵੀਰੋ ਅੰਡੇ ਵਾਹ ਜੀ ਵਾਹ ਵਾਹ ਜੀ ਵਾਹ ਹਾਜੀ ਅਬਦੁਲ ਅਜ਼ੀਜ਼ ਫਲੂਦਾ ਉਸ ਤੇ ਤੁਹਾਡਾ ਵੀਰ ਮੌਜੂਦ ਹੈ 200 ਸਾਲ ਪੁਰਾਣਾ ਇਹਨਾਂ ਦਾ ਸੈਟਅਪ ਹੈ ਮਾਸ਼ਾਅੱਲਾ ਲਓ ਜੀ ਵੀਰੋ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਚਿਕਨ ਟਿੱਕੀ ਦੀ ਹੁਣ ਤਿਆਰੀਆਂ ਸ਼ੁਰੂ ਨੇ ਖੋਏ ਵਾਲੀ ਟਿੱਕੀਆਂ ਚਿਕਨ ਟਿੱਕੀਆਂ ਮਾਸ਼ਾਅੱਲਾ ਵਾਹ ਜੀ ਵਾਹ ਇਸਕੇ ਆਉਣ ਵਾਲੇ ਨੇ ਫੁੱਲ ਫਿਰ ਫੁੱਲ ਸੀਨ ਹੋਣ ਹੋ ਗਏ ਨੇ ਪਾਪੜੀ ਰੱਖ ਕੇ ਉੱਤੇ ਆ ਗਿਆ ਚਿਕਨ ਇਹ ਉੱਤੇ ਆ ਗਿਆ ਜੇ ਚਿਕਨ ਬਦਾਮ ਗਿਰੀਆਂ ਕਾਜੂ ਪਿਸਤੇ ਵਾਹ ਜੀ ਵਾਹ ਸਬਸਕ੍ਰਾਈਬ ਕਰ ਦਿਓ ਚੈਨਲ ਅਗਰ ਨਹੀਂ ਕੀਤਾ ਤੇ ਇਹਨੂੰ ਕਵਰ ਕਰਕੇ ਅਤੇ ਘੀ ਵੀ ਸੁੱਟ ਦੇਣਗੇ
चिकन टिक्की तैयार हो गई वीरो। मैं ते कारीगर जी अजीज भाई फलूदा हाउस 200 साल पुरानी दुकान है। ये हर साल मेले के उत्ते जी वरायटियां बनाने हैं। खोए वाली टिक्किया जी फर्स्ट क्लास जी फस्ट एक नंबर खोया होंगे जिसे खोया पैंता मुरब्बा पैंता अंडा गिरियां बदाम काजू सब कुछ हर चीज़ पा के तैयार करने नाल चिकन दी टिक्कियां जी भी नाल तैयार करने सारा कुछ जो माधो लाल सर मेले के उत्ते हर चीज़ साल बाद यही करने उस तो बाद साढ़े को अंदरसे पकौड़े न लाल कतलम्मा मशहूर है। ये नाल कित भी तुम चले जाओगे तो कोई कतलम्मा तो नाल मिलेगा शर्त दे कह सकते ये साढ़ा ऐलान भी है साड़ी शर्त भी है जेदे नाल कोई कतलम्मा लिया के खा के बहा दे तो यही कह तो खाई जाओ मुख ही खाई जाओ वीरो तो बजुर्गो तो व्डे हो खोए वाली टिक्कियां आके चैक करो चिकन वाली टिक्कियां चैक करो अंदरसे पकौड़े चैक करो लाल कतलम्मा चैक करो ये खाओ पता लगे थानू ए हर साल मेले लगाने इन शाला तुम्हें मजा आएगा तुम साड़ी दुकान पर आओ तशरीफ लियाओ जी आयान हो। लो जी वीरो ता वीर हूँ रिव्यू लैन लगा चिकन टिक्की का नाल खोए वाली मशहूर टिक्की जो 200 साल पुरानी सकाफत चलती आ रही पंजाबी क्यों भाई वीर पहले सब तो है वीरो चैक करो ता वीर खोए वाली टिक्की खाएगा फुल पंजाबी माहौल ऑन हो गए ने सीन ऑन हो गए ने पंजाबी तो ता वीर हूँ इन्हों रिव्यू लिया चैक करो माशाला जी माशाला बिस्मिल्लाह रहमान रहीम अच्छा टिक्की के नशे च गुम हो गया तुहाडा वीर चस्के आ गए ने फुल माहौल बन गए ने दस में चो 10 नंबर पक्के ने आ गए चून वाली है चिकन टिक्की ठीक है वेखो चिकन टिक्की भी रिव्यू लैन लगे ए देखो माशाला माशाला बिस्मिल्लाह रहमान रहीम माशाला जी खोए की टिक्की भी पंजाबी सकाफत 200 साल तो पुरानी माशाला चलती आ रही है। यह मेला माधो लाल सिंह का अलम शुरू मेला छड़ागा इसकी हिस्ट्री 200 साल पुरानी हिस्ट्री है। यह मेला उस वक्त लगता आ रहा है। यह मेला खानदानी नसल दर नसल चल रहा है। पहले मेरा पड़दादा हजी हजी नसीब फिर हजी अजीज फिर उमर रियाज फिर मैं बाबा रियाज अगू मेरे बच्चे असं यह मेला लगा रहे हैं नसलदार असल मेला माधो लाल सिंह ये पंजाब की स्पेशल रवायत है। जो लगे है सब पंजाब का सकाफती कल्चर फूड है। इस पंजाब का सकाफती फूड है अरबी टिक्की मिठी टिक्की खोए वाली टिक्की चिकन टिक्की लाल कतलम्मा अंदर से पकौड़े ये सब स्पेशल साल बाद अं तैयार करने पंजाब की सकाफत जी गवर्नमेंट ने ऐलान किया पंजाब लोग भी सकाफत हवाले असं स्टॉल लगाया है सब लोग देख आन चैक कर आन ये मेला है पंजाबी सकाफत है ये स्पेशल मेला है माधो लाल सिंह का माशाला तुम देख सकते हो वीरो तस्वीर लाइया इन्होंने भलवाना दी पुरानी सकाफत रिप्रजेंट करते हुए पंजाब की 200 साल पुरानी सकाफत माशाला भलवान पंजाबी सकाफत ता वीर तुम दिखा रहा पंजाबी कल्चर पंजाबी फूड दिखा रहा तुम इस टाइम खोए लेंद्रसे अल मशहूर जीजा हवाई 200 साल पुरानी शॉप 200 साल तो उन्होंने पंजाब की सकाफत पंजाबी खाने माशाला इन्होंने जिंदा रखे ए बिल्कुल सामने तुम देख सकते हो वीरो माशाला ए भी इन्हों का सैटअप है ठीक है एना फलूदे का सैटअप है ठीक है 200 साल तो पुराने इन्होंने खाने माशाला जिंदा रखी सकाफत पंजाबी की बहुत घट मिलती लाहौर के अनमोल कह लो कि हिडन फूड स्पॉट है आवेंगे चक्कर लावेंगे इंशाल्लाह इन्हों का फलूदा भी रिव्यू लवेंगे नाल नाश्ता भी ट्राई करेंगे वीरो ऐसी अज की वीडियो उम्मीद है तुम्हें अज की वीडियो पसंद आई हो अगर वीडियो पसंद आई तो ज़्यादा से ज़्यादा शेयर करो कह लो कि यूनीक काम कर रहा तुहाडा वीर तो ज़्यादा तो ज़्यादा सपोर्ट करो चैनल में सबसक्राइब करो इंशाल्लाह नवी वीडियो के नाल हाजिर होगा उदों तक इजाजत दो अपना बहुत ख्याल रखो दुआवां च याद रखो अल्लाह हाफिज़।